ਹਾਂਜੀ ਬਾਈ ਜੀ, ਕੀ ਹਾਲ ਚਾਲ ਸਾਰਿਆਂ ਦਾ? ਗੁੱਡ ਮਾਰਨਿੰਗ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਵਧੀਆ ਹੋਵੋਗੇ, ਵਧੀਆ ਨਾ ਵਧੀਆ ਚਾਹੀਦੇ ਹੋਗੇ। ਤੇ ਬਾਈ ਜੀ, ਆਹ ਆਪਣਾ ਟਰੈਕਟਰ ਹੈ, ਤੇ ਆਹ ਸਾਡਾ ਯੁਵਾਕ ਹੈ, ਤੇ ਆਹ ਤੁਹਾਡਾ ਯਾਰ ਹੈ, ਤੁਹਾਡਾ ਭਰਾ ਹੈ। ਬਾਬੇ ਆਪਣੇ ਟਰੈਕਟਰ ਦੇਖ ਲਓ ਪਹਿਲਾਂ। ਇਹ ਆਪਣੇ ਕੋਲ ਪ੍ਰੀਤ ਟਰੈਕਟਰ ਬਾਬੇ, ਉਹ ਠੀਕ ਆ। ਇਹ ਪ੍ਰੀਤ ਟਰੈਕਟਰ ਆਪਣੇ ਕੋਲ, ਤੇ ਇਹ ਆਪਾਂ ਲਿੱਤਾ ਸੀਗਾ ਸਰ 20 ਚ ਲਿੱਤਾ ਸੀ ਹਨਾ, 21 ਚ। ਹਾਂ 20 ਚ, 2020 ਮਾਡਲ ਦਾ ਸੀ, ਤੇ 2020 ਦਾ ਲਾਸਟ ਜਿਹਾ ਹੀ ਹੈਗਾ। ਗਿੱਲ ਬਾਬੇ, ਉਹ ਦੇਖੋ ਟਰੈਕਟਰ, ਟਰੈਕਟਰ ਬਹੁਤ ਘੈਂਟ ਨੇ ਬਾਬੇ। ਉਹ ਆਪਣੇ ਘਰ ਕੋਲ ਜਾਂਸੀ, ਆਪਾਂ ਉਹਦੀ ਵੀ ਸਾਰੀ ਵੀਡੀਓ ਬਣਾ ਕੇ ਪਾਵਾਂਗੇ। ਐਂਪ ਵੀ ਚਾਚੇ ਨੇ ਹੁਣੀ ਲਵਾਇਆ ਸੀਗਾ, ਐਂਪ ਚੈੱਕ ਕਰਾਈਏ ਤੁਹਾਨੂੰ, ਐਂਪ ਚੈੱਕ ਕਰਾਈਏ। ਚੱਲ ਪਿਆ ਤੇਰਾ ਫੋਨ ਦੀ, ਫੋਨ ਦੀ ਚੱਲ ਆ ਕੇ ਚੈੱਕ ਕਰਾਉਣੇ ਬਾਬੇ, ਬਹੁਤ ਘੈਂਟ ਬੇਸ ਇਹਦੀ। ਤੇ ਹੁਣ ਮੇਰੇ ਫੋਨ ਨਾਲ ਵੀਡੀਓ ਬਣ ਰਹੀ ਆ, ਫਿਰ ਕਨੈਕਟ ਕਰਨ ਵਾਲਾ ਫੋਨ ਨਹੀਂ ਹੈਗਾ ਕੋਈ, ਤੇ ਅਸੀਂ ਜਵਾਕਾਂ ਨੂੰ ਫੋਨ ਦਿੱਤੇ ਨਹੀਂ ਹੈਗੇ ਸਾਡਿਆਂ ਨੂੰ, ਫਿਰ ਤੁਹਾਨੂੰ ਪਤਾ ਹੀ ਆ। ਤੇ ਆਇਆ ਬਾਬੇ, ਚੱਲੀਏ ਆਪਾਂ, ਅਸੀਂ ਜਾ ਕੇ ਥੋੜ੍ਹਾ ਜਿਹਾ ਕੰਮ ਬਾਈ ਜੀ, ਤਾਂ ਹੁਣ ਟਰੈਕਟਰ ਦਿਖਾਉਣ ਲੱਗ ਗਏ ਸੀਗੇ। ਇਹ ਹੈ ਜੀ ਸਾਡਾ ਯਾਰ ਏਕਮ ਪੇਂਟਰ, ਕੀ ਹਾਲ ਆ ਬਾਈ ਜੀ? ਹੋਰ ਵਧੀਆ, ਆਪਾਂ ਪੂਰੇ ਵਧੀਆ ਜਮਾ ਬਲੌਗ ਆਪਣੇ ਪੂਰੇ ਘੈਂਟ ਪੂਰੇ ਹੋਰ ਵਧੀਆ। ਏਕਮ ਪੇਂਟਰ ਨੰਬਰ ਪਲੇਟਾਂ, ਸਟਿੱਕਰ, ਨੰਬਰ ਪਲੇਟਾਂ ਦਾ ਹੁਣ ਕੰਮ ਹੀ ਮੁੱਕ ਗਿਆ ਹਨਾ ਬਾਬੇ, ਕਿ ਚੱਲੀ ਜਾਂਦਾ। ਗੱਲ ਸਾਨੂੰ ਹੋਰ ਦੱਸੀਏ ਬਾਈ, ਵਾਲ ਪੇਪਰ ਵੀ ਲਾਉਂਦਾ ਕੰਧਾਂ 'ਤੇ, ਜਿਵੇਂ ਆਹ ਵਾਲ ਪੇਪਰ ਹੋਈ ਵੀ ਹੈਗੀ ਦੁਕਾਨ, ਦੇਖਣ ਨੂੰ ਲੱਗਦਾ ਵੀ ਪੀ ਵੀ ਸੀ ਹੋਈ ਹੁੰਦੀ ਜਿਵੇਂ, ਬਟ ਇਹ ਉਹ ਦੇਖ ਲਓ ਉੱਪਰੋਂ ਵਾਲ ਪੇਪਰ ਹੋਈ ਵੀ ਹੈ। ਇਹ ਤਾਂ ਜਸਟ ਇੱਕ ਨੋਰਮਲ ਜਿਹਾ ਕੀਤਾ ਹੋਇਆਗਾ, ਅਤੇ ਬਾਈ ਦਾ ਮੈਂ ਕਲਿੱਪ ਪਾ ਦੂੰਗਾ ਵੀਡੀਓ ਦਾ ਵਿੱਚ। ਅਤੇ ਬਾਈ ਮਤਲਬ ਜੇ ਕੋਈ ਆਪਣੇ ਨਾਲ ਲੈ ਕੇ ਕੋਈ ਕਹੂ ਪੁੱਛੂ ਥੋੜ੍ਹੀ ਮੋਟੀ ਔਫਰ, ਬਸ ਠੀਕ ਆ ਬਾਬੇ, ਉਹ ਕਰਿਓ ਕੰਟੈਕਟ ਬਾਈ ਨਾਲ। ਵਾਲ ਪੇਪਰ ਦਾ ਕੰਮ ਬਹੁਤ ਸੋਹਣਾ ਹੈਗਾ, ਮੈਂ ਨਾਲ ਕਲਿੱਪ ਪਾਉਣਾ ਹੈਗਾ ਜਿਹੜੀ ਲੱਗੇ ਹੋਏ ਜਿਹੜੇ ਲਾਏ ਨੇ ਬਾਈ ਨੇ। ਓਕੇ ਬਾਈ ਜਾਨ, ਮਿਲਦੇ ਹੈ, ਆਜੋ ਬਾਬੇ। ਹੁਣ ਆਪਾਂ ਜਾਈਏ ਮਾੜਾ ਜਿਹਾ ਦੁਕਾਨ 'ਤੇ, ਕੰਮ ਹੈਗਾ ਥੋੜ੍ਹਾ ਜਿਹਾ ਬੁੜੀਆਂ ਵਾਲਾ ਕੰਮ ਆ, ਅਤੇ ਫਿਰ ਆਪਾਂ ਦਿਖਾਉਣਾ ਅੱਜ ਨਾਲੇ ਪਲੰਘ ਚੜਾਵਾਂਗੇ, ਨਾਲੇ ਕੀ ਹੋਰ ਤੁਹਾਨੂੰ ਵਧੀਆ ਚੀਜ਼ ਦਿਖਾਵਾਂਗੇ। ਅਤੇ ਬਾਈ ਈਲੇ ਦੀ ਦੁਕਾਨ ਆ ਇਹ, ਆਪਣੀ ਦੁਕਾਨ ਆ, ਕੀ ਕੁਛ ਮਿਲਦਾ ਆਪਣੀ ਦੁਕਾਨ 'ਤੇ? ਕੁਛ ਮਰਜ਼ੀ ਲੈ ਲਓ ਬਾਬੇ, ਉਹ ਪ੍ਰਚੂਨ ਦੀ ਦੁਕਾਨ ਆ ਇਹ, ਕੁਛ ਮਰਜ਼ੀ ਸਪੇਅਰ ਪਾਰਟ ਲੈ ਲਓ ਮੋਟਰਸਾਈਕਲ ਦੇ, ਤੂੰ ਗੱਦੇ ਅੰਦਰ ਲਿਖਿਆ ਕਰੋ ਜਿਹੜਾ ਚੂਨ ਕਰਕਾ ਪਊਗਾ, ਆਹ ਨੰਬਰ ਆਪਣੇ ਦੇਖ ਲਓ 98552 40734, 98552 40734, ਕਿਹਨੂੰ ਮਰਜ਼ੀ ਪੁੱਛ ਕੇ ਆ ਜਾਓ ਵੀ ਕਿਵੇਂ ਰਹੇ ਦੁਕਾਨ 'ਤੇ ਜਾਣਾ, ਜਿਹਨੂੰ ਮਰਜ਼ੀ। ਹਾਂਜੀ, ਅਤੇ ਮੰਮੀ ਨੇ ਲਾ ਤਾ, ਹਜੇ ਮੈਂ ਤੁਹਾਨੂੰ ਗੱਲ ਦੱਸ ਨਹੀਂ ਸਕਿਆ, ਅਸੀਂ ਖੜ੍ਹੇ ਹਾਂਗੇ ਬਾਹਰੇ ਦੋਨੇ ਜਾਣੇ, ਮੰਮੀ ਨੇ ਲਾਇਆ ਹੋਇਆ ਪੋਚਾ, ਅਤੇ ਮੰਮੀ ਦਾ ਗਾਲਾਂ ਵੀ ਇੱਧਰ ਹੀ ਲੰਘਣਾ ਨਹੀਂ, ਅਤੇ ਹੁਣ ਇੱਧਰੋਂ ਗੇਟ ਮਣੀ ਨਹੀਂ ਖੋਲ੍ਹ ਰਿਹਾ, ਮਣੀ ਭੱਜ ਕੇ ਬੋਲੂਗੀ, ਮਣੀ ਖੋਲ ਦਿਓ ਨਾ, ਮਣੀ ਗੇਟ ਖੋਲ ਦੇ ਯਾਰ, ਮੈਂ ਤਾਂ ਕੀਰਤ ਖੜ੍ਹੇ ਹਾਂਗੇ, ਉੱਚੀ ਤਾਂ ਨਹੀਂ, ਉੱਚੀ ਤਾਂ ਨਹੀਂ। ਆਪਾਂ ਖਾਈਏ ਰੋਟੀ, ਦਾਲ ਤਾਂ ਬਹੁਤ ਟੇਸਟੀ ਬਣੀ ਆ ਬਾਬੇ, ਅਤੇ ਫਿਰ ਆਪਾਂ ਚੱਲ ਦਿਆਂਗੇ ਉੱਧਰ, ਜਾਂ ਕੁਛ ਵੀ ਕਰ ਦਿਆਂਗੇ ਦਿਖਾਵਾਂਗੇ ਜੀ। ਆਪਾਂ ਆ ਗਏ ਚਾਚੇ ਘਰ, ਕੋਮਲ ਬੈਠੀ ਆ, ਕੋਮਲ ਸੇ ਹਾਏ, ਹਾਏ। ਅਤੇ ਉਹ ਮੇਰੇ ਚਾਚੇ ਦੇ ਕੀਰਤੇ ਆਉਂਦੇ ਨੇ, ਆਹ ਸਾਡੇ ਕੋਲ ਡੋਰ, ਅਤੇ ਜੇ ਪਤੰਗ ਚੜਾਉਣ ਦਿਖਾਉਣਾ ਤੁਹਾਨੂੰ, ਅਤੇ ਇਕੱਲੀ ਡੋਰ ਹੀ ਆ, ਹੁਣ ਪਤੰਗ ਲਿਆਈਏ ਅਤੇ ਫਿਰ ਦਿਖਾਉਣਾ ਕਿ ਹੁਣ ਮੱਝਾਂ ਖੋਲ੍ਹ ਕੇ ਬਣਾ ਲਈਏ। ਓਕੇ ਜੀ, ਮਿਲਦੇ। ਆਹ ਦੇਖ ਜਾਂ ਸਾਡਾ ਜਵਾਕ, ਆਹ ਪਤੰਗ ਦੇਖ ਲਓ ਸਾਡੇ, ਉਹ ਹੁਣ ਪਵਾਏ ਨਾ ਪਾੜ ਲੂੰਗੇ, ਆਏ ਨਹੀਂ ਫੜੀ ਹੁੰਦੇ, ਆਏ ਫੜੀ ਹੁੰਦੇ ਨੇ। ਅਤੇ ਆਹ ਪਤੰਗ ਬਾਬੇ ਲਿਆਉਂਦੇ, ਵੱਡੇ ਵੱਡੇ ਰੁਪਈਏ ਲਾ ਦੇ, ਅੱਜ ਅਸੀਂ ਮੋਟੇ ਖਾਸੇ ਸਾਰੇ, ਅਤੇ ਡੋਰ ਉਹਦੇ ਕੋਲ ਹੈਗੀ, ਮਣੀ ਵੀ ਅੱਜ। ਕੋਮਲ ਹੈਲੋ ਕਰ ਦਿਓ, ਮਣੀ ਅਤੇ ਅੱਜ ਮਣੀ ਗਿਆ ਨਹੀਂ ਗਾ ਕਿਤੇ, ਅਤੇ ਪਤੰਗ ਬਾਬੇ ਚੜ੍ਹ ਨਹੀਂ ਰਿਹਾ ਕੋਈ, ਪਤੰਗ ਚੜ੍ਹਨਗੇ ਉਦੋਂ ਕੀ ਲੈਣਾ, ਪਤੰਗ ਆਪਾਂ ਚੜ੍ਹ ਹੁਣ ਉੱਪਰ ਵਗ ਜਾਈਏ ਫਿਰ ਦਿਖਾਉਣਾ ਜਵਾਕ, ਜੈਲ ਇਹਨਾਂ ਨੇ ਚਾੜ ਲਿਆ, ਆਹ ਮੇਰਾ ਚੜ੍ਹ ਗਿਆ, ਅਤੇ ਦੇਖਦੇ ਹਾਂ ਕੀ ਬਣਦਾ ਹੁਣ, ਅਤੇ ਚਾਹ ਪਾ ਕੇ ਜਾਂ ਵੱਢਵਾ ਜਾਂ ਬਣਾ ਲਾਂਗੇ ਬਾਬੇ, ਅੰਬ ਤਾਂ ਕਿਉਂ ਮਗਰ ਚੜ੍ਹੀ ਜਾਂਦੇ ਪਤੰਗ ਨਾ ਹੁਣ, ਅਤੇ ਚਾੜਾਂਗੇ ਹੁਣ। ਚਲੋ ਪਤੰਗ ਬਹੁਤ ਘੰਟਾ ਚੜ੍ਹ ਰਿਹਾ ਬਾਬਾ, ਬੜਾ ਸੱਟਾ ਹੋਈ ਬਾਬੇ, ਪਤੰਗ ਕੀਰਤਨੇ ਵੱਢਿਆ ਉਹਨਾਂ ਦਾ, ਪਤੰਗ ਦੇਖੋ ਕਿੱਥੇ ਫਿਰਦਾ ਗਾ,
इन्हें पढ़ता कीर्त ने छड़ता कीर्त कहता मैं चकता कम अपना यार ते बाकी मेरिया भैणा खड़िया ने थले जसू हाय कर दे तिने जने हाय करो पहला हाय आ जाओ इन्हें उपर चाड़ना ये डर दियां ने गियां चलो ठीक है इन्हें चाड़ लिया फिर सू मिलते हैं बहुत औखा चाड़ा उपर आ मेरी भैन देख लो किसी सपोर्ट की लड़ नहीं पी आप ही चढ़ जाती है दिस इज वेरी सारे भैन भरा सी आ जसू भैन कोमल भैन मेरी रीत मनरीत भैन मेरी मेरी मनरीत भैन ते आ मेरा भरा ते आ हड़ा यार मित्र उतो गुआढ़ी ते आ साढ़े चोबर दोनों ही कब्बे ने कहते बाबे उपर लग सा कितने का हो सी ते पेचा सी उधर आपां उहनूं फिर देंगे ते बाकी देखो पहले एक इन्हें वढ़ता एक मैं वढ़ता तू नहीं वढ़ेगा जी ते इत्थे वढ़ावांगे चलो जी आ जाओ बाबे भाई जी असीं पा रहे हां तड़म गाटे आ लो बाबे हुण फिर मिलदे आपां तुहानूं अगे दिखा दे सारे पूरा इंजॉय कर रहे असीं साडा कोई चक्कर नहीं किसे दा वी बड्डा खिंचेगा जा छेगा फिर वधिया रहेगा डोरो पक्के खड़ारी वाहेगुरु जी अच्छा पातशाह हरेक नूं खुशी दिओ हरेक दे सुपने पूरे करो ते साडे सारिआं ते अपने भैण भाईआं सारिआं दे मेहर भरे हथ रखियो ते अपना भरा मिलिआ आपां नूं रिक्वेस्ट कर देंगे भी अपना जिहड़ा अपना चैनल हैगा उहदे आपां वीडियो देखदे हो हणा साडे 2 मिंट 5 मिंट कढ 10 मिंट कढ के बहुत बहुत धन्नवाद तुहाडा ते ना कमेंट च कर दिया करो यार कि भी आ प्रैंक वीडियो बारे दस दो फनी वीडियो बारे दस दो जिद्दां भी उह फिर दिमाग चाहुंदा जरूर कंटैक्ट करो कंटेंट शेयर करिया करो ते बाकी आ यू ऑल मिलदे आपां तुहानूं इक इक अमृत माणना ब्लॉग जरूर आऊगा ओह तुहानूं पता ही अमृत माणना ओके भाई जी हाँ जी उम्मीद करते हैं सूँ ब्लॉग वधिया लग्या होगा जे वधिया लग्या जरूर लाइक कर दो यार बहुत देखो जी पंगे इधर उधर किते लाइक कर दो ते चैनल नू कर लो सब्सक्राइब कर लियो हुण यार
ਤੇ ਬਾਕੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ। ਥੈਂਕਸ ਫਾਰ ਵਾਚਿੰਗ ਵੀਡੀਓ।